ਪੰਜਾਬ ਚ ਪੰਚਾਇਤੀ ਚੋਣਾਂ 13 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ। ਦਰਅਸਲ ਪਰਸੋਂ ਮਾਨ ਸਰਕਾਰ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਤਹਿਤ 20 ਅਕਤੂਬਰ ਤੋਂ ਪਹਿਲਾਂ-ਪਹਿਲਾਂ ਚੋਣਾਂ ਮੁਕੰਮਲ ਹੋਣੀਆਂ ਚਾਹੀਦੀਆਂ ਨੇ। ਹੁਣ ਸੂਬੇ ਦੇ ਚੋਣ ਕਮਿਸ਼ਨ ਨੇ ਵੀ ਤਿਆਰੀਆਂ ਦਾ ਜਾਇਜ਼ਾ ਲੈਣ ਦਾ ਮਨ ਬਣਾ ਲਿਆ ਹੈ। ਪਤਾ ਲੱਗਿਆ ਕਿ ਅੱਜ ਸੂਬਾ ਚੋਣ ਕਮਿਸ਼ਨ ਦੇ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਦੇ ਨਾਲ ਵਰਚੁਅਲ ਮੀਟਿੰਗ ਕੀਤੀ ਜਾ ਸਕਦੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪਰਸੋਂ 23 ਸਤੰਬਰ ਤੋਂ ਚੋਣ ਜਾਬਤਾ ਲੱਗ ਸਕਦਾ ਹੈ। ਪੰਚ ਨਾਲ ਹੀ ਸਰਪੰਚੀ ਦੇ ਚਾਹਵਾਨ ਪੱਪਾ ਭਾਰ ਹੋ ਗਏ ਨੇ ਹਾਲਾਂਕਿ ਪਿੰਡਾਂ ਦੇ ਵਿੱਚ ਤਾਂ ਸਾਲ ਤੋਂ ਵੀ ਵੱਧ ਸਮੇਂ ਤੋਂ ਲੈ ਕੇ ਸਰਪੰਚੀ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ ਲਗਾਤਾਰ ਪਿੰਡਾਂ ਦੇ ਲੋਕ ਉਡੀਕ ਰਹੇ ਨੇ ਕਿ ਕਦੋਂ ਚੋਣਾਂ ਦਾ ਐਲਾਨ ਹੋਵੇਗਾ ਕਿਉਂਕਿ ਸਾਲ 2024 ਦੀ ਸ਼ੁਰੂਆਤ ਦੇ ਵਿੱਚ ਪਿਛਲੇ 5 ਸਾਲਾਂ ਦਾ ਜਿਹੜਾ ਕਾਰਜਕਾਲ ਸੀ ਉਹ ਸਮਾਪਤ ਹੋ ਚੁੱਕਿਆ ਤੇ ਹੁਣ ਪਿੰਡਾਂ ਦੇ ਵਿੱਚ ਸਰਕਾਰ ਦੇ ਵੱਲੋਂ ਆਬਜ਼ਰਵਰ ਲਾਏ ਗਏ ਨੇ ਜਿਹੜੇ ਕਿ ਪਿੰਡਾਂ ਦਾ ਪ੍ਰਬੰਧ ਦੇਖ ਰਹੇ ਨੇ ਤੇ ਕਈ ਮਹੀਨਿਆਂ ਤੋਂ ਲੈ ਕੇ ਪਿੰਡਾਂ ਦੇ ਵਿੱਚ ਸਰਪੰਚੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਕਈ ਪਿੰਡਾਂ ਨੇ ਤਾਂ ਫੈਸਲੇ ਲੈ ਵੀ ਲਏ ਨੇ ਕਿ ਉਹਨਾਂ ਦੇ ਪਿੰਡ ਵਿੱਚ ਸਰਬਸੰਮਤੀ ਦੇ ਨਾਲ ਕੌਣ ਸਰਪੰਚ ਚੁਣਿਆ ਜਾਊਗਾ ਇਸ ਵਕਤ ਪੰਜਾਬ ਦੇ ਹਰੇਕ ਜ਼ਿਲ੍ਹੇ ਚ ਮੋਢਲੇ ਪੜਾਤੇ ਸਰਪੰਚਾਂ ਦੇ ਰਾਖਵੇਂ ਕਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਤੇ ਅੱਜ ਤੱਕ ਰਾਖਵੇਂ ਕਰਨ ਨੂੰ ਲੈ ਕੇ ਨਵੇਂ ਰੋਸਟਰ ਬਣਾਏ ਜਾਣ ਦਾ ਕੰਮ ਮੁਕੰਮਲ ਹੋਣ ਦੀ ਸੰਭਾਵਨਾ ਹੈ ਤੇ ਐਤਕੀ ਜਿਹੜਾ ਨਵਾਂ ਰੋਸਟਰ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੇ ਵੱਲੋਂ ਜਿਹੜਾ ਸੋਧਿਆ ਗਿਆ ਪੰਚਾਇਤੀ ਐਕਟ ਹੈ ਉਸ ਦੇ ਮੁਤਾਬਿਕ ਬਣਾਇਆ ਜਾਊਗਾ ਤੇ ਉਹ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਨੂੰ ਕਾਫੀ ਸੂਟ ਬੈਠਦਾ ਹੈ ਜਿਸ ਦੇ ਤਹਿਤ ਰਾਖਵਾਕਰਨ ਐਤਕੀ ਬਲੌਕ ਨੂੰ ਆਧਾਰ ਮੰਨ ਕੇ ਕੀਤਾ ਜਾਊਗਾ ਜ਼ਿਲ੍ਹੇ ਨੂੰ ਨਹੀਂ ਅਜਿਹੇ ਵਿੱਚ ਪਿੰਡਾਂ ਨੂੰ ਰਾਖਵੇਂ ਜਾਂ ਜਨਰਲ ਕਰਾਉਣ ਦੇ ਲਈ ਚਾਹਵਨ ਜੋੜ-ਤੋੜ ਵੀ ਲਾ ਰਹੇ ਨੇ ਕਿ ਐਤਕੀ ਕੀ ਹੋਊਗਾ ਸਰਪੰਚਾਂ ਦੇ ਆਉਂਦੇ ਰਾਖਵੇਂ ਕਰਨ ਵਾਸਤੇ ਜਿਹੜੇ ਰੋਸਟਰ ਤਿਆਰ ਹੋ ਰਹੇ ਨੇ ਉਹਦੇ ਲਈ 2011 ਦੀ ਜਨਗਣਨਾ ਨੂੰ ਆਧਾਰ ਬਣਾਇਆ ਗਿਆ ਸੋ ਆਉਂਦੇ 2-3 ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਦਾ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕੀਤਾ ਜਾ ਸਕਦਾ ਹੈ ਪੰਜਾਬ ਦੇ ਵਿੱਚ ਇਸ ਵਕਤ ਤੱਕ ਕੁੱਲ 13241 ਪੰਚਾਇਤਾਂ ਨੇ ਹਾਲਾਂਕਿ ਇਹ ਵੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਨੇ ਚੋਣਾਂ ਕਰਵਾਉਣ ਦੇ ਲਈ ਜਿਹੜਾ ਸਮਾਂ ਮਿਥਿਆ ਹੈ ਉਹ ਟੁਕਮਾ ਸਮਾਨ ਨਹੀਂ ਹੈ ਕਿਉਂਕਿ ਇਸ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਝੋਨੇ ਦੀ ਵਾਢੀ ਦਾ ਕੰਮ ਪੂਰੇ ਸਿਖਰਾਂ ਤੇ ਹੁੰਦਾ ਕਿਸਾਨਾਂ ਦੇ ਕੋਲੇ ਤਾਂ ਭੋਰਾ ਵੀ ਵੇਲ ਨਹੀਂ ਹੁੰਦੀ ਝੋਨੇ ਤੇ ਤਿਉਹਾਰੀ ਸੀਜ਼ਨ ਦੇ ਵਿੱਚ ਝੋਨਾ ਕਰਵਾਉਣ ਦੇ ਫੈਸਲੇ ਤੇ ਸਵਾਲ ਵੀ ਉੱਠਣ ਲੱਗੇ ਨੇ ਖੈਰ ਦੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਅਗਲੇ 2-3 ਦਿਨਾਂ ਦੇ ਵਿੱਚ ਕੀ ਐਲਾਨ ਕਰਦਾ ਉਧਰ ਤੇਲੰਗਾਨਾ ਤੋਂ ਖਬਰ ਆਈ ਹੈ ਜਿੱਥੇ ਕਾਂਗਰਸੀ ਵਿਧਾਇਕ ਵੇਦਮਾ ਬੋਜੂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਸਿਰ ਕਲਮ ਕਰਕੇ ਲਿਆਉਣ ਵਾਲੇ ਨੂੰ ਇਨਾਮ ਵਿੱਚ ਆਪਣੀ ਪੁਸ਼ਤਾਨੀ ਸੰਪਤੀ ਦੇਣ ਦਾ ਐਲਾਨ ਕੀਤਾ ਹੈ ਦਰਸਲ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਬਾਅਦ ਰਾਹੁਲ ਨੂੰ ਇੱਕ ਵਾਰੀ ਨਹੀਂ ਬਲਕਿ ਕਈ ਵਾਰੀ ਜਨਤਕ ਤੌਰ ਤੇ ਅਤਵਾਦੀ ਕਿਹਾ ਹੈ ਜਿਸ ਦੇ ਖਿਲਾਫ ਕਾਂਗਰਸ ਵੀ ਪੜਕੀ ਹੋਈ ਹੈ ਪਿਛਲੇ ਦਿਨੀ ਰਵਨੀਤ ਬਿੱਟੂ ਦੇ ਖਿਲਾਫ ਵੀ ਇੱਕ ਥਾਣੇ ਵਿੱਚ ਕਾਂਗਰਸ ਦੀ ਸ਼ਿਕਾਇਤ ਤੇ ਪਰਚਾ ਦਰਜ ਹੋ ਚੁੱਕਿਆ ਰਵਨੀਤ ਸਿੰਘ ਬਿੱਟੂ ਦਾ ਇੱਕ ਵਾਰੀ ਫੇਰ ਬਿਆਨ ਆਇਆ ਹੈ ਬਿੱਟੂ ਨੇ ਅੱਜ ਕਿਹਾ ਕਿ ਕਾਂਗਰਸ 84 ਦੇ ਵਿੱਚ ਵੀ ਸਿੱਖਾਂ ਦਾ ਖੂਨ ਮੰਗਦੀ ਸੀ ਤੇ ਅੱਜ ਵੀ ਸਿੱਖਾਂ ਦਾ ਖੂਨ ਹੀ ਮੰਗਦੀ ਹੈ ਕਾਂਗਰਸ 1984 ਤੋਂ ਲੈ ਕੇ 2024 ਤੱਕ ਨਹੀਂ ਬਦਲੀ